ਬਾਬਾ ਜੀ ਡੇਰੇ ਵਾਲੀ ਜਿਹੜੀ ਗੇਮ ਹੋਈ ਸੀ ਨਾ, ਬੜਾ ਸ਼ੂਗਰ ਲੱਗਾ ਸੀ। ਇਹ ਵੀ ਮੇਰੇ ਨਾਲ ਕੰਮ ਲੱਗੀ ਆ ਸੀ, ਅਸੀਂ ਕੰਮ ਤੇ ਗਈਆਂ ਤੇ ਸੋਨ ਭਾਦਰੇ ਦੇ ਡੰਗ ਹਨ, ਸੋਹਣਾ ਡੇਰਾ ਬਣਿਆ ਸੀ। ਅੱਜ ਪੂਰਾ ਮਾਹੌਲ ਵੀਹ ਪੰਜੀ ਮੱਝਾਂ ਹਨ ਡੇਰੇ ਦੇ ਉੱਤੇ ਜਨਾਬ, ਉੱਥੇ ਖਿਦਮਤ ਹੋਈ ਹੈ ਯਾਰਾਂ ਦੀ ਇੰਜ ਦੀ, ਮੈਂ ਨਾ ਛੱਡ ਦੇ ਗੱਲਾਂ। ਸੋਹਣਾ ਥਰਮਾਸ ਦੁੱਧ ਪੱਤੀ ਦਾ ਤੇ ਨਾਲ ਬੈਕਰੀ ਦੇ ਕੇਕ ਰਸ, ਉਹ ਦੋ ਦੋ ਕੱਪ ਅਸੀਂ ਚਾਹ ਦੇ ਫੜਕਾਏ ਤੇ ਕੰਮ ਲੱਗ ਗਏ ਅਸੀਂ। ਇੱਕ ਦਾ ਟਾਈਮ ਹੋਇਆ ਤੇ ਮਾਲਕ ਨੂੰ ਸਾਨੂੰ ਆਵਾਜ਼ ਮਾਰੀ, ਆ ਜੋ ਰੋਟੀ ਟੁੱਕਰ ਖਾ ਲਓ। ਜਨਾਬ ਅਸੀਂ ਜਿਹੜਾ ਨਾ ਇੰਜ ਹੱਥ ਮੂੰਹ ਧੋਤਾ ਤੇ ਜਾ ਕੇ ਚੌਕੜੀਆਂ ਮਾਰ ਕੇ ਬਹਿ ਗਏ। ਮਾਲਕ ਨੇ ਐਡਾ ਕੋਈ ਥੇਲਾ ਕਾਲੇ ਰੰਗ ਦਾ ਫੜੇ ਆ ਤੇ ਬਾਦਸ਼ੋ ਨੇ ਇੰਜ ਕੱਢਿਆ ਸਲਾਦ, ਨਾਲ ਹੀ ਉਹਨੇ ਦਹੀਂ ਦਾ ਰਾਇਤਾ ਕੱਢਿਆ ਪੂਦਨੇ ਵਾਲਾ ਤੇ ਮੈਂ ਨਾ ਛੋਟਾ ਬੱਕਰੇ ਦਾ ਗੋਸ਼ਤ ਤੇ ਨਾਲ ਬਾਦਸ਼ੋ ਡੇਢ ਲੀਟਰ ਦੀ ਬੋਤਲ ਸੀ ਦੁੱਧ ਸੋਡੇ ਵਾਲੀ ਤੇ ਸਾਨੂੰ ਪਤਾ ਸੀ ਦੁੱਧ ਦੇ, ਤੇ ਨਾਲ ਚਾਟੀ ਦੀ ਲੱਸੀ ਤੇ ਨਾਲ ਬਾਦਸ਼ੋ ਸਪਰਾਈਟ ਦੀ ਇੱਕ ਬੋਤਲ ਤੇ ਮੈਂ ਨਾ ਰੋਟੀ ਛੋਟੀ ਅਸੀਂ ਖਾਣ ਬਹਿ ਗਏ ਹਾਂ, ਰੋਟੀ ਪੇ ਖਾਂਦੇ ਹਾਂ ਤੇ ਮੁੰਡਾ ਨਾਲ ਦੇ ਨਾ ਮੈਨੂੰ ਆਖਿਆ ਲਓ ਜੀ ਉਸਤਾਦ ਜੀ ਦੁੱਧ ਪੀ ਲਓ। ਮੈਂ ਦੁੱਧ ਦੋ ਗਲਾਸ ਫੜਕਾਏ, ਉਹ ਸੀ ਦੁੱਧ ਸੋਡਾ। ਇਹਨੂੰ ਮੈਂ ਆਖਿਆ ਦੁੱਧ ਪੀ ਲੈ, ਆਂਦਾ ਮੈਂ ਨਹੀਂ ਪੀਣਾ। ਉਹ ਮੈਂ ਹੈ ਪੀ ਲੈ ਦੁੱਧ ਹੀ, ਆਂਦਾ ਨਹੀਂ ਪੀਣਾ। ਜਿਹੜਾ ਰੋਟੀ ਛੋਟੀ ਖਾ ਕੇ ਅਸੀਂ ਹੱਟ ਕੇ ਪਰਾਂ ਹੋਏ ਨਾ, ਆਂਦਾ ਯਾਰ ਮੈਂ ਦੁੱਧ ਕਦੀ ਰੋਟੀ ਤੋਂ ਬਾਅਦ ਪੀਤਾ ਨਹੀਂ ਹੈ। ਉਹ ਮੈਂ ਹੈ ਚੱਲਿਆ, ਉਹ ਦੁੱਧ ਨਹੀਂ ਹੈ ਦੁੱਧ ਸੋਡਾ ਹੈ। ਇਹਦਾ ਦਿਲ ਕਰੇ ਇਹਨਾਂ ਨੂੰ ਮੈਂ ਦਲੱਤੇ ਮਾਰਾਂ।